ਅੱਜ ਤੋਂ 5-7 ਸਾਲ ਪਹਿਲਾਂ ਇਹੋ ਜਿਹਾ ਮਾਹੌਲ ਹੁੰਦਾ ਸੀ, ਰੌਣਕਾਂ ਲੱਗਦੀਆਂ ਹੁੰਦੀਆਂ ਸੀ ਦੁਕਾਨਾਂ 'ਤੇ, ਹੁਣ ਕੋਈ ਰੌਣਕਾਂ ਨਹੀਂ ਜੀ ਲੱਗਦੀਆਂ ਹੈਗੀਆਂ। ਮੈਂ ਆਪਣੇ ਪਿੰਡਾਂ ਵਾਲੇ ਭਰਾਵਾਂ ਨੂੰ, ਖਾਸ ਕਰਕੇ ਪਿੰਡਾਂ ਵਾਲੇ ਭਰਾਵਾਂ ਨੂੰ, ਕਿਉਂਕਿ ਮੇਰੀ ਦੁਕਾਨ ਪਿੰਡਾਂ ਵਾਲਿਆਂ ਨਾਲ ਹੀ ਜੁੜੀ ਹੋਈ ਹੈ, ਉਹ ਵੀ ਹੁਣ ਆਉਂਦੇ ਨਹੀਂ ਹੈਗੇ, ਬਹੁਤ ਘੱਟ ਆਉਂਦੇ ਆ। ₹5,000 ਦਾ ਸਮਾਨ ਖਰੀਦ ਲੈਂਦਾ, ਐਵੇਂ ਕੋਈ ਉਹਦੀ ਲੋੜ ਹੀ ਨਹੀਂ ਹੁੰਦੀ ਹੈਗੀ। ਦੇਖੋ ਉਹ ਸਸਤੇ ਦੇ ਚੱਕਰ 'ਚ ਜਿਹੜੀ ਟਰਾਲੀ ਹੁੰਦੀ ਹੈ ਨਾ, ਉਹ ਐਂ ਭਰ ਜਾਂਦੀ ਹੈ ਜਿਵੇਂ ਆਫਰ ਦਿੰਦੇ ਨੇ ਜੀ ਉਹ, ਉਹਦੇ ਵਿੱਚ ਉਹਨਾਂ ਦੀ ਜਿਹੜੀ ਐਕਸਪਾਇਰੀ ਡੇਟ ਹੈ ਉਹ ਬਹੁਤ ਘੱਟ ਹੁੰਦੀ ਹੈ। ਪੋਤਾ ਸਮਾਨ ਲੈਣਾ ਸ਼ੁਰੂ ਹੋਇਆ, ਉਹਨਾਂ ਦੇ ਡੈਡੀ, ਉਹਨਾਂ ਦੇ ਬਜ਼ੁਰਗ 3 ਪੀੜ੍ਹੀਆਂ ਸਮਾਨ ਲੈਂਦੇ, ਉਲਟ ਵੀ ਹੋਇਆ। ਦੇਖੋ ਇਹ ਵੀ ਇੰਨਾ ਪਿਆਰ ਹੈ ਉਹਨਾਂ ਨਾਲ, ਹੁਣ ਕਿਤੇ ਪਿਆਰ ਖਤਮ ਹੋ ਗਿਆ ਜੀ, ਹੁਣ ਕੋਈ ਆਉਂਦਾ ਹੀ ਨਹੀਂ ਹੈਗਾ। ਮੁੱਲਾਂ ਦਾ ਰੁਝਾਨ ਘਟਾਈਏ, ਛੋਟੇ ਦੁਕਾਨਦਾਰਾਂ ਨੂੰ ਆਪਾਂ ਫਿਰ ਉੱਦਾਂ ਹੀ ਦੁਬਾਰਾ ਕਰੀਏ ਜਿਵੇਂ ਪਹਿਲਾਂ ਹੁੰਦੇ ਸੀ। ਅੱਜ ਤੁਹਾਡੇ ਨਾਲ ਅਸੀਂ ਇੱਕ ਨਵਾਂ ਪੋਡਕਾਸਟ ਲੈ ਕੇ ਆਏ, ਜਿਸ ਦੇ ਵਿੱਚ ਅਸੀਂ ਵਪਾਰੀ ਵਰਗ ਦੀ ਗੱਲਬਾਤ ਕਰਾਂਗੇ। ਇਸ ਵਿੱਚ ਅਸੀਂ ਵਪਾਰੀ ਵਰਗ ਦੀਆਂ ਸਮੱਸਿਆਵਾਂ ਦੱਸਾਂਗੇ, ਜਿਹੜਾ ਹੁਣ ਮੌਲਾਂ ਦਾ ਯੁੱਗ ਚੱਲ ਪਿਆ, ਮੌਲਾਂ ਦਾ ਟ੍ਰੈਂਡ ਚੱਲਿਆ ਹੋਇਆ, ਉਹਦੇ ਵਿੱਚ ਕੋਈ ਬੰਦਾ ਆਮ ਦੁਕਾਨਦਾਰ ਕੋਲ ਜਾ ਕੇ ਖੁਸ਼ ਨਹੀਂ, ਹਰ ਕੋਈ ਮੌਲ ਨੂੰ ਚੀਜ਼ ਲੈਣ ਵਾਸਤੇ ਭੱਜਦਾ। ਸਾਡੇ ਨਾਲ ਦੁਕਾਨਦਾਰ ਜੁੜੇ ਹੋਏ ਨੇ ਵੀਰ ਸਾਡੇ, ਅਤੇ ਚੋਪੜਾ ਸਾਹਿਬ ਨੇ ਇਹ ਆਪਾਂ ਨੂੰ ਦੱਸਣਗੇ ਸਮੱਸਿਆਵਾਂ ਕੀ ਨੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਆਪਣੇ ਡਾਕ ਟੈਲੀਵਿਜ਼ਨ ਦਾ ਅਤੇ ਡਾਕ ਨਿਊਜ਼ ਦਾ ਬੜਾ ਧੰਨਵਾਦ ਹੈ, ਜਿਹੜੇ ਮੈਨੂੰ ਨਿਮਾਣੇ ਜਿਹੇ ਬੰਦੇ ਨੂੰ ਇਸ ਚੇਅਰ 'ਤੇ ਬੈਠਣ ਦਾ ਮੌਕਾ ਮਿਲਿਆ। ਅਤੇ ਅੱਜ ਦੀ ਸਮੱਸਿਆ ਮੌਲਾਂ ਦੀ ਹੈ, ਅਤੇ ਛੋਟੇ ਦੁਕਾਨਦਾਰ ਦਾ ਬਿਜ਼ਨਸ ਫੇਲ ਹੈ ਜੀ, ਬਿਲਕੁਲ ਟੋਟਲ ਲੋਸ। ਮੌਲ 'ਚ ਜਾਂਦੇ ਆ ਲੋਕ, ਅੱਗੇ ਅੱਜ ਤੋਂ 5-7 ਸਾਲ ਪਹਿਲਾਂ ਇਹੋ ਜਿਹਾ ਮਾਹੌਲ ਹੁੰਦਾ ਸੀ, ਰੌਣਕਾਂ ਲੱਗਦੀਆਂ ਹੁੰਦੀਆਂ ਸੀ ਦੁਕਾਨਾਂ 'ਤੇ, ਹੁਣ ਕੋਈ ਰੌਣਕਾਂ ਨਹੀਂ ਜੀ ਲੱਗਦੀਆਂ ਹੈਗੀਆਂ। ਮੈਂ ਆਪਣੇ ਪਿੰਡਾਂ ਵਾਲੇ ਭਰਾਵਾਂ ਨੂੰ, ਖਾਸ ਕਰਕੇ ਪਿੰਡਾਂ ਵਾਲੇ ਭਰਾਵਾਂ ਨੂੰ, ਕਿਉਂਕਿ ਮੇਰੀ ਦੁਕਾਨ ਪਿੰਡਾਂ ਵਾਲਿਆਂ ਨਾਲ ਹੀ ਜੁੜੀ ਹੋਈ ਹੈ, ਉਹ ਵੀ ਹੁਣ ਆਉਂਦੇ ਨਹੀਂ ਹੈਗੇ, ਬਹੁਤ ਘੱਟ ਆਉਂਦੇ ਆ, ਅਤੇ ਸਾਨੂੰ ਬੜੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ, ਬਹੁਤ ਸਮੱਸਿਆ ਇਸ ਚੀਜ਼ ਦੀ। ਅਤੇ ਸਰਕਾਰ ਨੂੰ, ਮੌਜੂਦਾ ਸਰਕਾਰਾਂ ਨੇ ਜਿਹੜੀਆਂ, ਇਹਨਾਂ ਨੂੰ ਕੁਛ ਕਰਨਾ ਚਾਹੀਦਾ। ਸਾਡੇ ਖਰਚੇ ਵੀ ਜ਼ਿਆਦਾ ਨੇ, ਦੇਖੋ ਦੁਕਾਨਾਂ ਦੇ ਬਿਜਲੀ ਦੇ ਬਿੱਲ ਵੀ ਜ਼ਿਆਦਾ ਨੇ, ਸਾਨੂੰ ਕੋਈ ਰਿਆਇਤ ਨਹੀਂ ਹੈਗੀ ਬਿਜਲੀ ਦੇ ਬਿੱਲ ਦੇ ਵਿੱਚ, ਤਾਂ ਅਸੀਂ ਬਹੁਤ ਇਸ ਸਮੱਸਿਆ ਨੂੰ ਜੂਝ ਰਹੇ ਹਾਂ। ਅਤੇ ਦੇਖੋ ਹੁਣ ਮੌਲਾਂ, ਦੇਖੋ ਤੁਸੀਂ 1 ਕਿਲੋਮੀਟਰ ਦੇ ਵਿੱਚ 4 ਮੌਲ ਨੇ, ਸਾਡੇ ਕੋਲ ਗਾਹਕ ਕਿੱਥੇ ਆ ਜਾਊਗਾ? ਅਤੇ ਜਿਹੜੇ ਮਤਲਬ ਅੱਜ ਦੇ ਜਿਹੜੇ ਗਾਹਕ ਨੇ ਉਹ ਵੀ ਟ੍ਰੈਂਡਿੰਗ ਹੋ ਚੁੱਕੇ ਨੇ, ਉਹ ਕਹਿੰਦੇ ਨੇ ਵੀ ਇੱਕੋ ਮੌਲ ਦੇ ਵਿੱਚੋਂ ਸਾਰਾ ਕੁਛ ਅਸੀਂ ਲੈ ਲਈਏ ਲੈ ਲਈਏ ਲੈਣ ਚ ਨਹੀਂ ਜਾਂਦਾ ਬੰਦਾ, ਹਾਂ ਲੈ ਕੇ ਹੋਰ ਕੁਛ ਆ ਜਾਂਦਾ। ਉਹਨੇ ਇੱਕ ਚੀਜ਼ ਲੈਣੀ ਹੈ, ਉਹਦੇ ਨਾਲ 10 ਚੀਜ਼ਾਂ ਜੁੜ ਜਾਂਦੀਆਂ, ਉਹਨੂੰ ਲੌਸ ਆ ਉੱਥੇ। ਉਹ ₹5,000 ਦਾ ਸਮਾਨ ਖਰੀਦ ਲੈਂਦਾ, ਐਵੇਂ ਕੋਈ ਉਹਦੀ ਲੋੜ ਹੀ ਨਹੀਂ ਹੁੰਦੀ ਹੈਗੀ। ਦੇਖੋ ਉਹ ਸਸਤੇ ਦੇ ਚੱਕਰ 'ਚ ₹40 ਦੀ ਚੀਨੀ ਲੈਣ ਜਾਂਦਾ, ਆਹ ਆਫਰ ਹੈ, ਆਹ ਆਫਰ ਹੈ, ਆਹ ਆਫਰ ਹੈ, ਉਹ ਲੈਂਦੇ ਲੈਂਦੇ ਉਹ ₹5,000 'ਚ। ਉਹ ਜਿਹੜੀ ਟਰਾਲੀ ਹੁੰਦੀ ਹੈ ਨਾ, ਉਹ ਐਂ ਭਰ ਜਾਂਦੀ ਹੈ ਜਿਵੇਂ ਤੁਸੀਂ ਸਮਝ ਸਕਦੇ ਹੋ ਨਾ, ਉਦੋਂ ਹੀ ਭਰ ਜਾਂਦੀ ਹੈ ਬਸ। ਘਰ ਆ ਕੇ ਦੇਖਦਾ ਉਹਦੇ 'ਚ ਜ਼ਿਆਦਾਤਰ ਚੀਜ਼ਾਂ ਵਰਤਣ ਯੋਗ ਨਹੀਂ, ਉਹ ਖਰਾਬ ਹੋ ਜਾਂਦੀਆਂ ਕਈ ਚੀਜ਼ਾਂ, ਬਹੁਤ ਸਪੈਸ਼ਲ ਹੈ। ਕਿਉਂਕਿ ਜਿਹੜੇ ਆਫਰ ਦਿੰਦੇ ਨੇ ਜੀ ਉਹ, ਉਹਦੇ ਵਿੱਚ ਉਹਨਾਂ ਦੀ ਜਿਹੜੀ ਐਕਸਪਾਇਰੀ ਡੇਟ ਹੈ ਉਹ ਬਹੁਤ ਘੱਟ ਹੁੰਦੀ ਹੈ। ਬਹੁਤ ਸਹੀ ਹੈ ਤੁਹਾਡਾ ਇਹ ਗੱਲ, ਅਤੇ ਮੈਂ ਇਹੀ ਕਹੂੰਗਾ ਕਿ ਛੋਟੇ ਦੁਕਾਨਾਂ ਵੱਲ ਵੀ ਦੇਖਿਆ ਜਾਵੇ, ਉਹ ਬੁੱਝਦੇ ਜਾ ਰਹੇ ਹੈ, ਉਹਨਾਂ ਨੂੰ ਤੇਲ ਦੀ ਜ਼ਰੂਰਤ ਹੈ, ਉਹਨਾਂ ਦੇ ਦੀਵੇ ਨੂੰ ਤੇਲ ਦੀ ਜ਼ਰੂਰਤ ਹੈ।
ਸਾਂਝ ਸਾਡੀ ਪਿੰਡਾਂ ਨਾਲ ਜੁੜੀ ਹੁੰਦੀ ਸੀ। ਤੁਹਾਨੂੰ ਇੱਕ ਮੈਂ ਕਿੱਸਾ ਸੁਣਾਉਂਦਾ ਛੋਟਾ ਜਿਹਾ। ਆਪਾਂ ਸੁਣਦੇ ਹੁੰਦੇ ਸੀ ਅੱਗੇ ਦਾਦਾ ਸਮਾਨ ਲੈਂਦਾ, ਉਹਨਾਂ ਦਾ ਅੱਗੇ ਬੇਟਾ, ਉਹਨਾਂ ਦਾ ਪੋਤਾ। ਮੇਰੇ ਕੋਲੋਂ ਬਧੌਛੀ ਤੋਂ, ਆਪਣੇ ਬਧੌਛੀ ਕਿਹੜਾ ਪਿੰਡ ਪੈਂਦਾ, ਪੋਤਾ ਫਤਿਹਗੜ੍ਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਪੋਤਾ ਸਮਾਨ ਲੈਣਾ ਸ਼ੁਰੂ ਹੋਇਆ। ਉਹਨਾਂ ਦੇ ਡੈਡੀ, ਉਹਨਾਂ ਦੇ ਬਜ਼ੁਰਗ ਤਿੰਨ ਪੀੜ੍ਹੀਆਂ ਸਮਾਨ ਲੈਂਦੇ। ਉਲਟ ਵੀ ਹੋਇਆ ਦੇਖੋ, ਇਹ ਵੀ ਇੰਨਾ ਪਿਆਰ ਹੈ ਉਹਨਾਂ ਨਾਲ, ਹੁਣ ਕਿਤੇ ਪਿਆਰ ਖਤਮ ਹੋ ਗਿਆ ਜੀ, ਹੁਣ ਕੋਈ ਆਉਂਦਾ ਹੀ ਨਹੀਂ ਹੈਗਾ। ਉੱਦਾਂ ਅਸੀਂ ਬਹੁਤ ਦੇਖਿਆ, ਜਿਹੜੇ ਮੈਨੂੰ ਦੇਖਦੇ ਹੋਣਗੇ ਉਹ ਮੈਨੂੰ ਪਹਿਚਾਣ ਲੈਣਗੇ ਵੀ ਉਹੀ ਰੌਣਕਾਂ ਲਾ ਦਿਓ ਮਿੱਤਰੋ ਜਿਹੜੀਆਂ ਅੱਜ ਤੋਂ 5-7 ਸਾਲ ਪਹਿਲਾਂ ਹੁੰਦੀਆਂ ਸੀ। ਕਿ ਲਾ ਦਿਓ ਰੌਣਕਾਂ ਤੁਸੀਂ ਚੋਪੜਾ, ਤੁਹਾਨੂੰ ਪਤਾ ਵੀ ਚੋਪੜਾ ਆਪਣੇ ਮੈਨੂੰ ਸਾਰਾ ਇਲਾਕਾ ਜਾਣਦਾ ਆਲੇ ਦੁਆਲੇ, ਚੋਪੜਾ ਸਰਹੰਦ ਦੇ ਵਿੱਚ ਵਧੀਆ ਸਟੋਰ ਹੈ, ਅਤੇ ਇਸ ਕਰਕੇ ਉਹੀ ਰੌਣਕਾਂ ਲਾ ਦਿਓ ਮਿੱਤਰੋ। ਉਹੀ ਜਿਵੇਂ ਤੁਸੀਂ ਆਉਂਦੇ ਹੁੰਦੇ ਸੀ, ਉਹ ਮੇਰੇ ਮਾਮੇ ਦਾ ਮੁੰਡਾ ਸਮਾਨ ਲੈਣ ਆ ਰਿਹਾ ਜੈਜ ਲਾਈ ਓਏ, ਉਹ ਮੇਰੀ ਭੂਆ ਦਾ ਮੁੰਡਾ ਲੈਣ ਆ ਰਿਹਾ ਜੈਜ ਲਾਈ ਓਏ, ਫੋਨ ਹੁਣ ਕੋਈ ਫੋਨ ਹੀ ਨਹੀਂ ਜੀ ਆਉਂਦਾ। ਅਸੀਂ ਫੋਨਾਂ ਦੇ ਵਿੱਚੇ ਗਾਹਕਾਂ ਨੂੰ ਦੇਖੀ ਜਾਂਦੇ ਹਾਂ ਵੀ ਇਹ ਹੁੰਦੇ ਸੀ, ਆਹ ਹੁੰਦੇ ਸੀ, ਪਰ ਉਹ ਸਾਡੇ ਕੋਲ ਆਉਂਦੇ ਨਹੀਂ ਹੈਗੇ ਹੁਣ। ਉਹਦੇ ਲਈ ਆਪਾਂ ਕਰ ਕੀ ਸਕਦੇ ਹਾਂ ਜੀ? ਕਰ ਕੀ ਸਕਦੇ ਹਾਂ, ਆਪਾਂ ਬੇਨਤੀ ਓ ਕਰ ਸਕਦੇ ਹਾਂ ਕਿ ਮੁੱਲਾਂ ਦਾ ਰੁਝਾਨ ਘਟਾਈਏ, ਛੋਟੇ ਦੁਕਾਨਦਾਰਾਂ ਨੂੰ ਆਪਾਂ ਫਿਰ ਉੱਦਾਂ ਹੀ ਦੁਬਾਰਾ ਕਰੀਏ ਜਿਵੇਂ ਪਹਿਲਾਂ ਹੁੰਦੇ ਹੁੰਦੇ ਸੀ। ਜਿਹੜੇ ਸਾਡੇ ਜ਼ਿਮੀਂਦਾਰ ਭਰਾ ਹੁੰਦੇ ਸੀ ਉਹ ਤੁਹਾਨੂੰ ਛਮਾਹੀ ਬਾਅਦ ਪੈਸੇ ਦਿੰਦੇ ਹੁੰਦੇ ਸੀ, ਇੱਕ ਤਰ੍ਹਾਂ ਦੀ ਸਾਂਝ, ਪਰਿਵਾਰਿਕ ਸਾਂਝ। ਅਸੀਂ ਉਹਨਾਂ ਦੇ ਜਾਣਾ, ਘਰ ਜਾਣਾ, ਔਰ ਮੈਂ ਕਹਿ ਦੇਣਾ ਵੀਰ ਜੀ ਲੱਸੀ ਲਿਆਇਓ, ਔਰ 5 ਲੀਟਰ ਲੱਸੀ ਆ ਜਾਣੀ ਕਿੰਨੀ 'ਚ। ਸ਼ਾਹੂਕਾਰ ਨਾਲ ਜ਼ਿਮੀਂਦਾਰ ਦਾ ਗੂੜਾ ਸੰਬੰਧ ਸੀ, ਜੇ ਸ਼ਾਹੂਕਾਰ ਅਗਲਾ ਘਰੋਂ ਪਿੰਡ ਤੋਂ ਆ ਰਿਹਾ ਸ਼ਾਹੂਕਾਰ ਵਾਸਤੇ ਦਹੀਂ ਜਾਂ ਲੱਸੀ ਲੈ ਕੇ ਆਉਂਦਾ ਸੀ, ਉਹ ਅਸੀਂ ਆਪਣਾ ਮਾਣ ਸਮਝਦੇ ਸੀ ਵੀ ਅਸੀਂ ਕਹਿਤਾ ਤਾਂ ਆਉਣੀ ਆ ਉਹ ਗੰਨੇ, ਬਹੁਤ ਚੀਜ਼ਾਂ ਜੀ। ਸਾਨੂੰ ਤਾਂ ਵੈਸੇ ਹੀ ਖੁਸ਼ੀ ਹੋ ਜਾਂਦੀ ਹੈ, ਸਾਡੀ ਦੁਕਾਨ 'ਤੇ ਜਾਂ ਜ਼ਿਮੀਂਦਾਰ ਭਾਈ ਆ ਜਾਂਦਾ, ਸਾਡਾ ਤਾਂ ਮਨ ਵੈਸੇ ਹੀ ਉੱਚਾ ਹੋਵੇ, ਕਿਉਂਕਿ ਅਸੀਂ ਜ਼ਿਮੀਂਦਾਰ ਨਾਲ ਜੁੜੇ ਹੋਏ ਪਰਿਵਾਰ 'ਚੋਂ ਵੀ ਹੈ, ਅਤੇ ਵੈਸੇ ਵੀ ਦੁਕਾਨ 'ਤੇ ਸਾਡੇ ਕੋਲ ਮੇਰੇ ਜ਼ਿਮੀਂਦਾਰ ਭਾਈ ਉਹ ਮੰਨਿਆ ਜ਼ਿਆਦਾ ਜੀ। ਮੇਰੀ ਤਾਂ ਜ਼ਿਮੀਂਦਾਰਾਂ ਨਾਲ ਬਹੁਤ ਸਾਂਝ ਹੈ, ਬਹੁਤ ਪਿਆਰ ਹੈ ਪਿੰਡਾਂ ਵਾਲਿਆਂ ਨਾਲ। ਇਹ ਪਿਆਰ ਨੂੰ ਵਧਾਓ, ਘਟਾਓ ਨਾ, ਅਖੀਰ 'ਚ ਮੈਂ ਇਹੀ ਗੱਲ ਕਹੂੰਗਾ, ਇਹਨੂੰ ਵਧਾਓ। ਜਿਹੜੇ ਮੌਲ ਨੇ ਉਹਦੇ ਵਿੱਚ ਆਪਾਂ ਨੂੰ ਸਮਾਨ ਮਿਲ ਜਾਂਦਾ ਹੈ, ਤੁਹਾਨੂੰ ਇਹ ਚੀਜ਼ ਦੀ ਦਿੱਕਤ ਵੀ ਬਹੁਤ ਆਉਂਦੀ ਹੋਊਗੀ, ਕਿਉਂਕਿ ਦੁਕਾਨਦਾਰ ਕੋਲ ਤਾਂ ਆਮ ਵਰਗ ਵੀ ਆ ਰਿਹਾ, ਕੋਈ ਕਹਿੰਦਾ ਮੈਨੂੰ 100 ਵਾਲੀ ਚੀਜ਼ 30 'ਚ ਦੇ ਦੇ, ਕੋਈ ਬੰਦਾ ਕਹਿੰਦਾ ਮੈਨੂੰ 100 ਦਾ ਵੀ ਕੋਈ ਚੱਕਰ ਨਹੀਂ, ਵਧੀਆ ਚੀਜ਼ ਦੇ, ਤੁਹਾਨੂੰ ਤਾਂ ਇਹ ਚੀਜ਼ 'ਚ ਬਹੁਤ ਸਮੱਸਿਆ ਆਉਂਦੀ ਹੋਊਗੀ। ਬਹੁਤ ਸਮੱਸਿਆ ਵੀ ਹੈ, ਬਹੁਤ ਵਰਾਇਟੀ ਪੂਰੀ ਕਰਨੀ ਬਹੁਤ ਔਖੀ ਹੈ ਜੀ ਦੁਕਾਨਦਾਰ ਲਈ, ਵਰਾਇਟੀ ਅਤੇ ਡਿਊਟੀ ਦੋਨੇ ਚੀਜ਼ਾਂ ਬਰਾਬਰ ਨੇ, ਜਿਹੜੀ ਡਿਊਟੀ ਦੁਕਾਨਦਾਰ ਦੇ ਸਕਦਾ ਉਹ ਕੋਈ ਦੇ ਨਹੀਂ ਸੀ ਸਕਦਾ। ਹੁਣ ਜਿਵੇਂ ਤੁਹਾਡੀ ਦੁਕਾਨ ਬੰਦ ਹੋਊਗੀ, ਮੰਨ ਲਓ ਤੁਹਾਨੂੰ ਕਿਤੇ ਕੰਮ ਹੈ, ਜਿਹੜਾ ਤੁਹਾਡੇ ਨਾਲ ਪ੍ਰੇਮ ਕਰਦਾ ਉਹ ਤਾਂ ਕਹੂਗਾ ਚੋਪੜੇ ਆ ਆ, ਹੁਣ ਆਉਣਾ ਪੈਣਾ। ਹੁਣ ਮੈਨੂੰ ਅੱਜ ਤੁਸੀਂ ਉਹ ਜਸਟ ਬੁਲਾਇਆ, ਦੇਖੋ ਵੀ ਤੇਰੀ ਦੁਕਾਨ ਬੰਦ ਹੈ, ਮੈਂ ਕੁਛ ਲੈਣਾ, ਮੈਂ ਆਇਆ ਜਦੇ ਨਾਲ ਦੀ ਨਾਲ ਆਉਣਾ ਪੈਂਦਾ ਜੀ। ਸਾਨੂੰ ਰਾਤ ਨੂੰ ਵੀ ਆਉਣਾ ਪੈਂਦਾ ਕਈ ਵਾਰ, ਕਿਸੇ ਦੇ ਮੰਨ ਲਓ ਸਵੇਰੇ ਵਿਆਹ ਹੈ, ਜ਼ਰੂਰੀ ਹੁੰਦਾ, ਅਸੀਂ ਇੱਥੇ ਤੱਕ ਵੀ ਸਮਾਨ ਦਿੱਤਾ ਹੈ, ਉੱਧਰ ਤਾਂ ਮੁੰਡਾ ਘੋੜੀ ਚੜ੍ਹ ਰਿਹਾ ਹੁੰਦਾ, ਮੇਰਾ ਆਹ ਸਮਾਨ ਰਹਿ ਗਿਆ ਭਾਈ ਚੋਪੜੇ ਦੇ ਕੇ ਜਾ, ਇਹ ਵੀ ਹੁੰਦਾ ਸਾਡਾ, ਅਸੀਂ ਦੇਣ ਜਾਂਦੇ, ਸਾਡਾ ਫਰਜ਼ ਹੈ, ਸਾਡਾ ਪਿਆਰ ਹੈ, ਸਾਡਾ ਫਰਜ਼ ਬਣਦਾ। ਮੌਲ ਖੁੱਲ੍ਹੇ ਨੇ ਉਹਦੇ ਮਤਲਬ ਹੁਣ ਅੰਬਾਨੀ ਅਡਾਨੀਆਂ ਨੇ ਖੋਲ੍ਹਤੇ, ਇਹਦੇ ਵਿੱਚ ਆਪਣੇ ਜਿਹੜੀਆਂ ਸੂਬਾ ਸਰਕਾਰ ਨੇ ਉਹ ਕੀ ਸਹਿਯੋਗ ਕਰ ਸਕਦੀਆਂ ਨੇ? ਮੈਂ ਤਾਂ ਬੇਨਤੀ ਉਹ ਕਰ ਸਕਦਾ ਜੀ ਸੂਬਾ ਸਰਕਾਰਾਂ ਨੂੰ ਕਿ ਦੇਖੋ ਤੁਸੀਂ ਐਡੇ ਐਡੇ ਮੌਲ ਆ, ਸਾਡੇ ਲਈ ਵੀ ਕੁਛ ਸੋਚੋ, ਅਸੀਂ ਕਿੱਥੇ ਜਾਵਾਂਗੇ ਜੀ? ਸਾਡੇ ਵੀ ਦੇਖੋ ਦੁਕਾਨਾਂ 'ਤੇ ਅਸੀਂ ਆਪਣੀਆਂ ਜਵਾਨੀਆਂ ਖਤਮ ਕਰਤੀਆਂ ਜੀ, ਦਾੜੀ ਚਿੱਟੀ ਹੋ ਗਈ, ਹੁਣ ਅਸੀਂ ਕੀ ਕਰ ਸਕਦੇ ਹਾਂ? ਨੌਕਰੀ ਤਾਂ ਅਸੀਂ ਕਰ ਨਹੀਂ ਸਕਦੇ, ਹੁਣ ਤਾਂ ਦੁਕਾਨ ਹੀ ਕਰਨੀ ਆ ਜਦ ਤੱਕ ਸਾਹ ਹੈ ਸਰੀਰ 'ਚ।
ਹੁਣ ਦੱਸੋ ਕੀ ਕਰੀਏ। ਅਸੀਂ ਤਾਂ ਇਸ ਚੀਜ਼ ਤੋਂ ਬੜੇ ਪਰੇਸ਼ਾਨ ਹੈ ਵੀ ਅਸੀਂ ਕੀ ਕਰਾਂਗੇ, ਸਾਡਾ ਆਉਣ ਵਾਲਾ ਫਿਊਚਰ ਕੀ ਹੋਊਗਾ, ਸਾਡੀਆਂ 20-20 ਸਾਲ ਦੀਆਂ ਮਿਹਨਤਾਂ ਖਤਮ ਹੋ ਰਹੀਆਂ। ਜੇ ਤੁਸੀਂ ਵਧੀਆ ਸਮਾਨ ਰੱਖੋਗੇ ਤਾਂ ਗਾਹਕ ਆਉਂਦਾ ਰਹੂਗਾ, ਨਹੀਂ ਉਹ ਵੀ ਖਤਮ। ਸਾਨੂੰ ਬੜੀ ਮੇਨਟੇਨ ਕਰਨੀ ਪੈਂਦੀ ਹੈ ਜੀ ਅੱਗੇ ਤੁਹਾਡੇ ਬੱਚਿਆਂ ਦਾ। ਪਹਿਲਾਂ ਤਾਂ ਇਹ ਹੁੰਦਾ ਸੀ ਵੀ ਸ਼ਾਹੂਕਾਰ ਦਾ ਬੇਟਾ ਸ਼ਾਹੂ ਦੁਕਾਨ, ਹੁਣ ਦੇਖਦੇ ਤੱਕ ਨਹੀਂ ਦੁਕਾਨਾਂ ਦਾ ਹਾਲ ਦੇਖ ਕੇ, ਉਹ ਕਹਿੰਦੇ ਅਸੀਂ ਆਉਣਾ ਨਹੀਂ ਦੁਕਾਨਾਂ 'ਤੇ। ਦੱਸੋ ਕੀ ਕਰਾਂਗੇ ਜੀ, ਇਹ ਤਾਂ ਚੀਜ਼ਾਂ ਬੜੀਆਂ, ਅਸੀਂ ਮੁਸ਼ਕਿਲ ਦੌਰ 'ਚੋਂ ਨਿਕਲ ਰਹੇ ਹਾਂ ਇਸ ਟਾਈਮ, ਬੜੇ ਮੁਸ਼ਕਿਲ ਦੌਰ 'ਚੋਂ। ਜੇ ਤੁਹਾਨੂੰ ਸੱਚਾਈ ਦੱਸਾਂ, ਬਹੁਤ ਸੱਚਾਈ ਹੈ ਇਸ ਚੀਜ਼ ਦੇ ਵਿੱਚ ਕਿ ਮੁਸ਼ਕਿਲ ਦੌਰ ਬਹੁਤ ਹੀ ਜ਼ਿਆਦਾ। ਇਹ ਜਿਹੜਾ ਆਪਣਾ ਆਉਣ ਵਾਲਾ ਸਮਾਂ ਹੈ, ਇਹ ਵਪਾਰੀ ਵਰਗ ਲਈ ਹੋਰ ਮੁਸ਼ਕਿਲ ਦਾ ਕਾਰਨ, ਹੋਰ ਜ਼ਿਆਦਾ ਮੁਸ਼ਕਿਲ ਹੋ ਗਏ ਜੀ, ਬਹੁਤ ਮੁਸ਼ਕਿਲ। ਵਿਹਲੇ ਹੋ ਜਾਣਗੇ ਜੀ ਦੁਕਾਨਦਾਰ, ਛੋਟੇ ਦੁਕਾਨਦਾਰ ਖਤਮ ਹੋ ਜਾਣਗੇ ਜੀ। ਇਸ ਚੀਜ਼ ਦਾ ਮੈਨੂੰ ਬੜਾ ਉਹ ਹੈ, ਅਫਸੋਸ ਹੈ। ਅਸੀਂ ਵੀ ਵਿੱਚ ਹੀ ਹੈ, ਮੇਰੇ ਹੋਰ ਦੁਕਾਨਦਾਰ ਭਾਈ ਵੀ ਵਿੱਚ ਹੀ ਹੈ, ਸਾਰੇ ਖਤਮ ਹੋ ਜਾਣਗੇ। ਜਿਵੇਂ ਹੁਣ ਪਹਿਲਾਂ ਇੱਥੇ ਧਰਨੇ ਲੱਗ ਰਹੇ ਨੇ ਬਾਰਡਰਾਂ ਦੇ ਉੱਤੇ, ਕਿਸਾਨ ਵਿੱਚ ਤੁਹਾਡੇ ਵੱਲ ਦੁਬਾਰਾ ਵੀ ਮੁੜੇ ਨੇ ਵੀ ਅਸੀਂ ਮੌਲਾਂ 'ਚ ਨਹੀਂ ਜਾਣਾ। ਕਈ ਦੁਕਾਨ, ਕਈ ਜਿਹੜੇ ਕਿਸਾਨ ਨੇ ਉਹ ਪੱਕੇ ਵੀ ਨੇ ਵਾਅਦੇ ਦੇ ਵੀ ਅਸੀਂ ਮੌਲਾਂ 'ਚੋਂ ਨਹੀਂ ਸਮਾਨ ਖਰੀਦਣਾ, ਅਸੀਂ ਆਪਣੇ ਆਪਣੇ ਵਰਗਾਂ ਤੋਂ ਖਰੀਦਾਂਗੇ, ਆਪਣੇ ਵਪਾਰੀਆਂ ਤੋਂ। ਵਾਪਸ ਆਏ ਹਾਂ ਜੀ, ਬਹੁਤ ਹੁੰਦੀਆਂ ਗੱਲਾਂ ਇਹ, ਪਰ ਜਿਹੜੇ ਹੋਰ ਆ ਉਹਨਾਂ ਨੂੰ ਵੀ ਵਾਪਸ ਆਉਣਾ ਚਾਹੀਦਾ। ਪੁਰਾਣਾ ਪਿਆਰ ਉਵੇਂ ਹੀ ਕਰ ਲਓ ਮੇਰੇ ਭਰਾਵੋ ਮਿੱਤਰੋ, ਜਿਵੇਂ ਪਹਿਲਾਂ 5-7 ਸਾਲ ਪਹਿਲਾਂ ਰੌਣਕਾਂ ਲੱਗਦੀਆਂ ਸੀ। ਮੈਂ ਦੁਬਾਰਾ ਫੇਰ ਕਹਿੰਦਾ ਕਿ ਉੱਦਾਂ ਹੀ ਰੌਣਕਾਂ ਲੱਗਣ ਦੁਕਾਨ 'ਤੇ, ਆਈ ਜਾਓ ਜਾਈ ਜਾਓ। ਜਿਹੜੇ ਦੁਕਾਨ ਦੇ ਉੱਤੇ ਆਪਾਂ ਨੂੰ ਮੌਲ ਦੇ ਵਿੱਚੋਂ ਸਮਾਨ ਮਿਲਦਾ ਹੈ, ਉਹ ਕਈ ਵਾਰ ਉਹ ਹੁੰਦਾ 30 ਰੁਪਏ, ਉਹਦੇ 'ਤੇ ਪ੍ਰਿੰਟ ਲਿਖਿਆ ਹੋਇਆ 99। ਜੀ ਹਾਂ, ਉਨਾ ਹੀ ਉਹਨਾਂ ਨੇ ਲੈਸ ਕਰ ਦੇਣੇ ਜੀ। ਹਾਂ, ਲੋਕ ਖੁਸ਼ ਹੋ ਕੇ ਲੈ ਰਹੇ ਨੇ। ਉਹ ਭਾਈ ਉਹਨਾਂ ਦੇ ਲੋਹੇ ਦੇ ਕਾਊਂਟਰ ਨੇ ਜਿੱਥੇ ਤੁਸੀਂ ਸਮਾਨ ਰੱਖਦੇ ਆ, ਲੋਹੇ ਦੇ ਹੀ ਦਿਲ ਨੇ। ਅੱਛਾ ਜੀ, ਇੱਕ ਗੱਲ ਹੋਰ ਵੀ ਹੈ, ਆਪਾਂ ਤੁਹਾਨੂੰ ਕਹਿ ਦਾਂਗੇ ਵੀ ਚੋਪੜਾ ਸਾਹਿਬ ਆ 100 ਰੁਪਏ ਦੀ ਚੀਜ਼ ਆ, ਮੈਨੂੰ 30 ਦੀ ਦੇ, ਉੱਥੇ ਕੋਈ ਨਹੀਂ ਕਹਿੰਦਾ। ਉੱਥੇ ਕੋਈ ਨਹੀਂ ਕਹਿੰਦਾ ਜੀ, ਉੱਥੇ ਤਾਂ ਤੁਸੀਂ ਲਿਫਾਫਾ ਵੀ 3 ਰੁਪਈਏ ਦਾ ਲੈਂਦੇ ਹੋ। 3 ਦਾ ਨਹੀਂ ਜੀ, 27-28 ਰੁਪਏ ਦਾ ਲਿਫਾਫਾ ਰਹਿੰਦਾ। 3 ਰੁਪਏ ਤੋਂ ਛੋਟਾ ਯਾਰ, 40 ਜੀ ਲਿਫਾਫਾ ਹੋਰ ਇਹੋ ਜਿਹੇ। 18 ਰੁਪਏ ਦਾ ਲਿਫਾਫਾ ਜਮਾ ਹੀ ਹੁੰਦਾ ਰੱਦੀ। ਕਦੇ ਇਹ ਵੀ ਸਮਾਂ ਹੁੰਦਾ ਸੀ ਸਾਡੇ ਕੋਲ ਦੁਕਾਨ 'ਤੇ, ਸਾਨੂੰ ਉਹਨਾਂ ਦੇ ਜਿਵੇਂ ਕੋਈ ਨੇੜੇ ਰਹਿੰਦੇ ਆ ਸਾਡੇ ਦੁਕਾਨਾਂ ਦੇ ਜਾਂ ਹੋਰ ਰਹਿੰਦੇ ਆ, ਉਹ ਕਹਿੰਦੇ ਸੀ ਸਾਡੇ ਤੁਸੀਂ ਉਰੇ ਬੈਠੇ ਹੋ ਜੀ, ਸਾਡੇ ਬੱਚਿਆਂ ਦਾ ਖਿਆਲ ਰੱਖਿਓ, ਇੱਥੋਂ ਨਿਕਲਦੇ ਨੇ। ਇੱਦਾਂ ਪਿਆਰ ਹੁੰਦਾ ਸੀ ਗ੍ਰਾਹਕਾਂ ਦਾ, ਪਰ ਹੁਣ ਕੋਈ ਨਹੀਂ ਕਹਿੰਦਾ ਵੀ ਜੀ ਇੱਥੋਂ ਬੱਚੇ ਸਾਡੇ ਨਿਕਲਦੇ ਆ, ਟਿਊਸ਼ਨ ਜਾਂਦੇ ਆ, ਕੋਈ ਆਉਂਦੇ ਆ, ਵੀ ਮਾੜਾ ਜਿਹਾ ਖਿਆਲ ਰੱਖਿਓ ਜੀ। ਬੜਾ ਇਹ ਚੀਜ਼ ਦਾ ਹੁਣ ਕੋਈ ਕਹਿੰਦਾ ਹੀ ਨਹੀਂ ਹੈਗਾ। ਪਤਾ ਨਹੀਂ ਤਾਂ ਜ਼ਿੰਦਗੀ ਫਾਸਟ ਹੋ ਗਈ, ਪਤਾ ਨਹੀਂ ਕੀ ਹੋ ਗਿਆ, ਸਮਾਂ ਹੀ ਐ ਚੇਂਜ ਹੋਇਆ ਜੀ। ਪਰ ਤੁਹਾਨੂੰ ਕਿਆ ਦੱਸੀਏ, ਬਸ ਸਮੇਂ ਦੇ ਹਿਸਾਬ ਨਾਲ ਅਸੀਂ ਤਾਂ ਪਿਆਰ ਮੰਗਦੇ ਹਾਂ ਬਸ, ਗ੍ਰਾਹ ਦੁਕਾਨਦਾਰ ਨੂੰ ਪਿਆਰ ਚਾਹੀਦਾ, ਗਾਹਕ ਦਾ ਬਸ, ਕੁਛ ਨਹੀਂ ਹੋਰ ਚਾਹੀਦਾ। ਸਾਨੂੰ ਕੋਈ ਪੈਸਿਆਂ ਤੱਕ ਨਹੀਂ ਹੁੰਦਾ, ਘੱਟ ਵੱਧ ਕੁਛ ਨਹੀਂ ਹੁੰਦਾ ਜੀ, ਫਰਕ ਪੈਂਦਾ ਦੁਕਾਨਦਾਰ ਨੂੰ, ਸਭ ਹੋ ਜਾਂਦਾ ਉਹਨੂੰ। ਇਹ ਹੋ ਜਾਂਦਾ ਮੇਰੀ ਤੁਹਾਡੀ ਦੁਕਾਨ 'ਤੇ ਜਦ ਕੋਈ ਗ੍ਰਾਹਕ ਚੜ੍ਹਦਾ ਨਾ, ਤੁਹਾਡੇ ਮਾਣ ਨੂੰ, ਪਿਆਰ ਨੂੰ, ਸਨਮਾਨ ਨੂੰ ਚੜ੍ਹਦਾ। ਹੁਣ ਜਿਵੇਂ ਤੁਸੀਂ ਲਾ ਲਓ ਛੋਟਾ ਮੋਟਾ ਬਣੈਣ ਜਾਂ ਨਿੱਕਰਾਂ ਹੀ ਲਾ ਲਓ, ਜੌਕੀ ਦੇ ਸ਼ੋਰੂਮ 'ਤੇ ਜਾ ਕੇ ਉਹਨੂੰ ਕਦੇ ਨਹੀਂ ਬੰਦਾ ਕਹਿੰਦਾ ਵੀ ਤੂੰ 100 ਦੀ ਲਾ ਲਾ, ਉੱਥੇ ਚਾਹੇ ਉਹ 500 ਦਾ ਨਿੱਕਰ ਲਾ ਦੇਵੇ, ਚੋਪੜੇ ਨੂੰ ਕਹਿਣਗੇ ਵੀ 99 ਦੀ ਉਹ ਲੈਣੀ ਹੈ, ਤਾਂ 100 ਦੀ ਵੀ ਨਹੀਂ। ਫਿਰ ਚੋਪੜਾ ਵੀ ਐਵੇਂ ਦੇ ਵੀ ਦਿੰਦਾ, ਚੋਪੜਾ ਵੀ ਦੇ ਦਿੰਦਾ, ਫਿਰ ਭਾਈ ਵੀ ਯਾਰ ਲੈ ਲਓ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ, ਇੱਥੇ ਤਾਂ 13 ਦੇ ਰਹੀ ਹੈ ਅੱਜ ਤੱਕ, 24 ਸਾਲ 'ਚ ਤਾਂ ਬਾਬੇ ਨਾਨਕ ਵਾਲਾ ਹੀ ਕੰਮ ਹੈ ਵੀ ਲੈ ਜਾਓ, ਉਹ ਪਰਮਾਤਮਾ ਨੇ ਫਰਕ ਵੀ ਨਹੀਂ ਜੇ ਪਾਇਆ। ਮੌਲਾਂ ਜਿਹੜੇ ਮੌਲ ਨੇ ਉਹਨਾਂ 'ਚ ਲੋਕ ਰਗੜਾ ਵੀ ਖਾ ਰਹੇ ਨੇ, ਪਤਾ ਨਹੀਂ ਕਿਉਂ ਸਮਾਨ ਆਪਣੇ ਇੱਜ਼ਤ ਲਈ ਬੋਲਦੇ ਨਹੀਂ ਹੈਗੇ ਉੱਥੇ।
ਜਿਹੜੀਆਂ ਆਮ ਚੀਜ਼ਾਂ ਜਿਹੜੇ ਆਪਾਂ ਨੂੰ ਪਤਾ ਵੀ ਇੰਨੇ ਦੀ ਹੈ ਨਹੀਂ, ਉਹ ਵੀ ਉਹ ਦੁੱਗਣੇ ਭਾਅ ਦੇ ਵਿੱਚ। ਪਹਿਲਾਂ ਛੋਟੇ ਦੁਕਾਨਦਾਰ ਕੋਲ ਜਾਓ, ਉਹ ਪੈਸਾ ਤੁਹਾਡੇ ਸ਼ਹਿਰ 'ਚ ਰਹੂਗਾ। ਮੇਨ ਗੱਲ ਉਹ ਪੈਸਾ ਤੁਹਾਡੇ ਸ਼ਹਿਰ 'ਚ ਰਹੂਗਾ, ਕਿਤੇ ਨਾ ਕਿਤੇ ਉਹ ਚੇਨ ਬਣੀ ਹੋਊਗੀ। ਜੇ ਮੇਰੇ ਕੋਲ ਪੈਸਾ ਆਇਆ ਤਾਂ ਉਹ ਕਿਸੇ ਹੋਰ ਕੋਲ ਜਾਊਗਾ, ਉਹ ਫਿਰ ਕਿਸੇ ਹੋਰ ਕੋਲ ਜਾਊਗਾ, ਉਹ ਚੇਨ ਬਣੀ ਹੋਈ ਹੈ। ਜੇ ਪੈਸਾ ਹੀ ਮੋਲ 'ਚ ਆ, ਤੁਹਾਨੂੰ ਤਾਂ ਦਿਖਣਾ ਵੀ ਨਹੀਂ ਹੈਗਾ ਉਹ ਕਿੱਥੇ ਗਿਆ ਕਿੱਥੇ ਨੇ, ਇਕੱਠੇ ਹੋ ਗਏ ਚਲੇ ਜਾਣੇ ਨੇ। ਹੁਣ ਇੰਨਾ ਰੁਝਾਨ ਵੱਧ ਗਿਆ ਮੋਲਾਂ ਦਾ, ਦੇਖੋ ਕਿੰਨੇ ਮੋਲ ਖੁੱਲ੍ਹ ਰਹੇ ਆ, ਪਰ ਉਹ ਨਹੀਂ, ਸਿਸਟਮ ਨਹੀਂ ਬਣ ਰਿਹਾ। ਛੋਟਾ ਦੁਕਾਨਦਾਰ ਬੁੱਝ ਰਿਹਾ, ਉਹਦੀ ਦੀਵੇ ਦੀ ਲੋਹ ਬੁੱਝ ਰਹੀ ਹੈ, ਉਹਨੂੰ ਜਗਾਓ ਮੇਰੇ ਮਿੱਤਰੋ, ਪਿਆਰਿਓ, ਉਹਨੂੰ ਜਗਾਓ ਮੇਰੇ ਦੋਸਤੋ। ਅਸੀਂ ਤਾਂ ਉੱਠਾਂਗੇ, ਅਸੀਂ ਇਸ ਟਾਈਮ ਬਹੁਤ ਸੰਘਰਸ਼ ਦਾ ਸਾਹਮਣਾ ਕਰ ਰਹੇ ਹਾਂ। ਤੁਹਾਡੀ ਕੋਈ ਉਹ ਵੀ ਤਾਂ ਬਣੇ, ਕਮੇਟੀਆਂ ਵੀ ਤਾਂ ਬਣੀਆਂ ਹੋਈਆਂ ਨੇ, ਪ੍ਰਧਾਨ ਬਣੇ ਹੋਏ ਹੁੰਦੇ ਨੇ, ਕੋਈ ਕੁਛ ਕਹਿੰਦਾ, ਕੁਛ ਵੀ ਨਹੀਂ ਜੀ ਕਰਦਾ, ਕੋਈ ਸੰਘਰਸ਼ ਕੁਛ ਵੀ ਨਹੀਂ ਜੀ। ਕਿਸੇ ਨੂੰ ਦੁਕਾਨਦਾਰ ਹੈ ਜੀ, ਕੋਈ ਆਉਂਦਾ ਹੀ ਨਹੀਂ, ਕੋਈ ਕੋਈ ਗੱਲ ਹੀ ਨਹੀਂ ਕਰਦਾ ਜੀ ਕਿਸੇ ਨਾਲ। ਮਹਾਂ ਚੇਅਰਮੈਨ ਵੀ ਤਾਂ ਬਣੇ ਹੁੰਦੇ ਨੇ, ਹੁੰਦੇ ਨੇ ਜੀ, ਸਾਡੇ ਵਪਾਰ ਮੰਡਲ ਹੁੰਦਾ, ਸਾਰਾ ਵਪਾਰ ਮੰਡਲ ਹੈ ਜੀ, ਬਸ ਵਪਾਰ ਮੰਡਲ ਹੈ, ਕੁਛ ਵੀ ਨਹੀਂ, ਕਿਸੇ ਨੂੰ ਕੋਈ ਹੈ ਨਹੀਂ ਜੀ। ਉਹ ਆਪਣੇ ਅੰਦਰ ਅੰਦਰ ਕਰੀ ਜਾਂਦੇ, ਮੈਂ ਗੱਲਾਂ ਕਰ ਸਕਦੇ ਹਾਂ, ਕੋਈ ਕਿਸੇ ਤੱਕ ਪਹੁੰਚਾਉਂਦਾ ਹੈ ਨਹੀਂ ਗੱਲ। ਵਪਾਰ ਨੂੰ ਵਧਾਓ, ਵਧਾਊਗਾ ਕੌਣ, ਜ਼ਿਮੀਂਦਾਰ ਤਬਕਾ, ਜਾਂ ਜ਼ਿਮੀਂਦਾਰ ਕੋਲ ਪੈਸੇ ਆ ਗਏ, ਵਪਾਰੀ ਕੋਲ ਤਾਂ ਆਪੇ ਆ ਗਏ। ਜਿਹੜੇ ਹੁਣ ਨਵੇਂ ਜ਼ਿਮੀਂਦਾਰਾਂ ਦੇ ਮੁੰਡੇ ਨੇ, ਉਹ ਵੀ ਮੌਲ 'ਚ ਭੱਜ ਕੇ ਉੱਥੇ ਸਟੀਕਾਂ ਪਾਉਣੇ ਨੇ ਮੌਲ 'ਚ ਗਏ। ਦੇਖੋ ਸਾਂਝ ਹੈ ਨਾ ਜਿਹੜੀ, ਉਹ ਬਹੁਤ ਪੁਰਾਣੀ ਹੈ, ਉਹਨੂੰ ਸਾਂਝ ਨੂੰ ਤੋੜੋ ਨਾ, ਉਹਨੂੰ ਬਣਾਓ। ਇਹ ਜਿਹੜਾ ਟੌਪਿਕ ਹੈ, ਆਪਾਂ ਬਹੁਤ ਚਿਰ ਦੇ ਛੇੜਨ ਨੂੰ ਕਹਿੰਦੇ ਸੀਗੇ, ਉਹ ਅੱਜ ਛਿੜ ਗਿਆ, ਅੱਜ ਇਹ ਲੋੜ ਵੀ ਹੈ ਅੱਗੇ ਅੱਗੇ, ਕਿਉਂਕਿ ਆਪਾਂ ਕਿੰਨਾ ਕੁ ਅਡਾਨੀ ਅਬਾਨੀਆਂ ਨੂੰ ਦਿੰਦੇ ਰਹਾ ਨਾ। ਸਹੀ ਗੱਲ ਹੈ ਜੀ, ਆਪਾਂ ਆਪਣੇ ਪੰਜਾਬ ਬਾਰੇ ਆਪਾਂ ਨੂੰ ਵਾਪਸ ਮੁੜਨਾ ਪੈਣਾ। ਅਸੀਂ ਪੰਜਾਬੀ ਹਾਂ ਮਿੱਤਰੋ, ਅਸੀਂ ਪੰਜਾਬ ਬਾਰੇ ਸੋਚਣਾ ਆਪਣੇ, ਬਸ ਅਸੀਂ, ਸਾਡੀ ਹੋਂਦ ਪੰਜਾਬ ਦੇ ਵਿੱਚ ਹੈ। ਅਸੀਂ ਬੋਲੀ ਬੋਲੀ ਨੂੰ ਸਾਂਭ ਲਓ, ਪਾਣੀ ਨੂੰ ਸਾਂਭ ਲਓ, ਕੁਦਰਤ ਨੂੰ ਸਾਂਭ ਲਓ, ਬਸ ਆਹ ਚੀਜ਼ਾਂ ਨੇ। ਹੁਣ ਜਿਵੇਂ ਵੀਰੇ ਕਈ ਚੀਜ਼ਾਂ ਐਸੀਆਂ ਨੇ ਜਿਨ੍ਹਾਂ 'ਚ ਕੈਮੀਕਲ ਪੈਂਦੇ ਨੇ, ਜਿਵੇਂ ਹੁਣ ਤੁਹਾਡਾ ਕੋਈ ਲਿਪਸਟਿਕ ਹੈ, ਨੋ ਪਾਲਿਸ਼ ਹੈ, ਉਹਨਾਂ 'ਚ ਕੈਮੀਕਲ ਪੈਂਦੇ ਨੇ, ਉਹਨਾਂ ਨੇ ਥੋੜ੍ਹੀ ਦੱਸਣਾ ਕਿ ਕੈਮੀਕਲ ਪੈਂਦੇ ਨੇ। ਤੁਸੀਂ ਫਿਰ ਵੀ ਦੱਸ ਦਿਓਗੇ ਆਪਣੇ ਜਿਹੜਾ ਬੰਦਾ ਤੁਹਾਡੇ ਨਾਲ ਪਿਆਰ ਕਰਦਾ ਹੈ, ਉਹਨੂੰ ਤੁਸੀਂ ਕਹੋਗੇ ਵੀਰੇ ਇਹ ਨਾ ਲੈ ਯਾਰ। ਸਾਨੂੰ ਹਲਕੀ ਭਾਰੀ ਰੱਖਣੀ ਪੈਂਦੀ ਹੈ। ਦੇਖੋ ਜਿਹੜਾ ਮੇਰੇ ਦੁਕਾਨਦਾਰ ਜਿਹੜੇ ਦੇਖ ਰਹੇ ਹੋਣਗੇ ਨਾ, ਉਹ ਇਸ ਚੀਜ਼ ਨੂੰ ਸਮਝ ਲੈਣਗੇ ਸਾਰੀ ਚੀਜ਼ ਜੋ ਮੈਂ ਕਹਿਣਾ ਚਾਹੁੰਦਾ। ਦੁਕਾਨਦਾਰ ਨੂੰ ਹਰੇਕ ਰੱਖਣੀ ਚੀਜ਼ ਪੈਂਦੀ ਹੈ, ਹਲਕੀ ਵੀ ਰੱਖਣੀ ਪੈਂਦੀ ਹੈ, ਵਧੀਆ ਵੀ ਰੱਖਣੀ ਪੈਂਦੀ ਹੈ। ਹਰੇਕ ਤਰ੍ਹਾਂ ਦਾ ਗ੍ਰਾਹਕ ਹੈ ਜੀ, ਉਹਨੇ ਉਹ ਚੀਜ਼ ਲੈਣੀ ਹੈ, ਉਹਨੂੰ ਰੱਖਣੀ ਪੈਣੀ ਹੈ, ਉਹਦੀ ਮਜਬੂਰੀ ਹੈ, ਉਹਦੀ ਮਜਬੂਰੀ ਬਣ ਚੁੱਕੀ ਹੈ। ਜੇ ਉਹ ਵਧੀਆ ਹੀ ਰੱਖੀ ਜਾਊਗਾ ਤਾਂ ਵਿਚਾਰੇ ਜਿਹੜੇ ਛੋਟੇ ਆਪਣੇ ਪਰਿਵਾਰ ਨੇ ਉਹ ਕੀ ਲੈਣਗੇ, ਜਾਂ ਕਿੱਦਾਂ ਹੈ ਸਿਸਟਮ, ਉਹ ਬਣਨਾ ਨਹੀਂ। ਜਿਹੜੇ ਆਪਾਂ ਤੁਸੀਂ ਦੁਕਾਨਾਂ ਕਰਦੇ ਹੋ, ਉਹਦੇ 'ਚ ਆਪਣਾ ਉਹ ਵੀ ਬਣਿਆ ਵਾ ਹੁੰਦਾ, ਜਿਵੇਂ ਲਿਮਟਾਂ ਵਗੈਰਾ ਬਣੀਆਂ ਹੁੰਦੀਆਂ ਨੇ, ਜਿਵੇਂ ਤੁਹਾਡਾ ਆਹ ਆਪਾਂ ਸਕੈਨ ਕਰਦੇ ਹਾਂ ਤੁਹਾਡੇ ਖਾਤੇ 'ਚ, ਉਹ ਵੀ ਤੁਹਾਨੂੰ ਤਾਂ ਖਰਚਾ ਪੈਂਦਾ, ਟੈਕਸ ਪੈਂਦਾ ਜੀ, ਉਹ ਅਲੱਗ ਤੋਂ ਚੱਲਦੇ, ਉਹ ਅਲੱਗ ਤੋਂ ਚੱਲਦੇ। ਸਾਨੂੰ ਹਾਊਸ ਦੁਕਾਨ ਸਾਡੀ 13 ਰੁਪਏ ਯੂਨਿਟ ਬਿਜਲੀ ਹੈ, 12 ਜਾਂ 13 13.5 ਬਿਜਲੀ ਹੈ ਜੀ। ਪਿੱਛੇ ਜੇ ਕੀ ਹੋਇਆ, ਇੱਕ ਸਾਡੇ ਬਿਜਲੀ ਬੋਰਡ ਨੇ ਕੀ ਕੀਤਾ, ਮੇਰੇ ਖਿਆਲ 'ਚ ਸਾਲ ਦੀ ਗੱਲ ਹੋ ਗਈ, 7,000 ਰੁਪਇਆ 6,000 ਰੁਪਇਆ ਲਾ ਕੇ ਭੇਜਤਾ ਕਿ ਇਹ ਭਰਨਾ ਹੀ ਭਰਨਾ ਤੁਹਾਨੂੰ। ਮੈਨੂੰ ਉਹਦਾ ਨਾਂ ਨਹੀਂ ਯਾਦ ਆ ਰਿਹਾ। ਅਸੀਂ ਪੁੱਛਿਆ ਵੀ ਜੀ ਇਹ ਕਾਹਦਾ ਬਿੱਲ ਆਇਆ ਜਾਂ ਕਿਵੇਂ ਹੈ, ਹਾਂ ਵੀ ਕੀ ਚੀਜ਼ ਹੈ। ਕਹਿੰਦੇ ਜੀ ਜਦ ਤੁਸੀਂ ਮੀਟਰ ਕਟਾਓਗੇ ਵਾਪਸ ਮਿਲ ਜੂਗਾ। ਦੱਸੋ ਜੀ ਕਿਹੜਾ ਦੁਕਾਨਦਾਰ ਮੀਟਰ ਕਟਾਉਂਦਾ,
ਸਿਕਿਉਰਿਟੀ ਤਾਂ ਅਸੀਂ ਪਹਿਲਾਂ ਭਰੀ ਹੋਈ ਹੈ, ਇਹ ਕੁਛ ਅਲੱਗ ਲਾਤਾ ਉਹਨਾਂ ਨੇ ਵੀ ਦੇਖੋ ਦੁਕਾਨਦਾਰ ਨੂੰ ਤੁਸੀਂ ਵਪਾਰ ਨੂੰ ਵਧਾਓ। ਮੈਂ ਮੌਜੂਦਾ ਸਰਕਾਰ ਨੂੰ ਇਹ ਬੇਨਤੀ ਕਰਦਾ ਹੱਥ ਜੋੜ ਕੇ ਵੀ ਵਪਾਰ ਨੂੰ ਉੱਚਾ ਚੱਕੋ, ਜੇ ਵਪਾਰੀ ਉੱਚਾ ਹੋਊਗਾ ਤਾਂ ਸਰਕਾਰ ਉੱਚੀ ਹੋਊਗੀ। ਇਸ ਟਾਈਮ ਵਪਾਰ ਨੀਚੇ ਹੈ, ਸਾਨੂੰ ਕੋਈ ਰਿਆਇਤ ਮਿਲੇ ਬਿਜਲੀ ਦੇ ਵਿੱਚ, ਬਿੱਲਾਂ ਦੇ ਵਿੱਚ। ਹੁਣ ਦੇਖੋ ਸਾਰੀਆਂ ਦੁਕਾਨਾਂ 'ਤੇ ਏਸੀ ਹੈ ਜੀ, ਕਿੰਨਾ ਖਰਚਾ ਦੁਕਾਨਦਾਰ, ਏਸੀ ਤੋਂ ਬਗੈਰ ਤੁਸੀਂ ਜੀ ਨਹੀਂ ਸਕਦੇ ਦੁਕਾਨ 'ਚ, ਦੱਸੋ ਕਿਹੜੀ ਦੁਕਾਨ 'ਤੇ ਏਸੀ ਨਹੀਂ, ਬੰਦਾ ਵੀ ਰੱਖਣਾ ਪੈਂਦਾ ਹੈ ਜੀ, ਹਜੇ ਆਪ ਡਿਊਟੀ ਕਰਨੀ ਪੈਂਦੀ ਹੈ ਜੀ, ਐਡੀਆਂ ਤਾਂ ਸਾਡੇ ਰਿਸ਼ਤੇਦਾਰੀਆਂ ਨਾਰਾਜ਼ ਹੋ ਜਾਂਦੀਆਂ ਵੀ ਤੁਸੀਂ ਆਉਂਦੇ ਨਹੀਂ, ਅਸੀਂ ਕੀ ਕਰੀਏ। ਮੈਂ ਐਤਵਾਰ ਨੂੰ ਪਰਚੇਜ਼ਿੰਗ ਹੁੰਦੀ ਹੈ ਜੀ ਸਮਾਨ ਦੀ, ਸਾਡੀਆਂ ਤਾਂ ਰਿਸ਼ਤੇਦਾਰੀਆਂ ਖਰਾਬ ਹੋ ਜਾਂਦੀਆਂ, ਕੋਈ ਭੈਣ ਭਾਈ ਸਾਡੀਆਂ ਭੈਣਾਂ ਆਉਂਦੇ ਹੀ ਨਹੀਂ ਮਿਲਣ, ਦੁਕਾਨ ਵਧਾ ਕੇ ਆ ਜਾਓ। ਜੇ ਦੁਕਾਨਦਾਰ ਦੁਕਾਨ ਵਧਾ ਵੀ ਗਿਆ ਨਾ ਤਾਂ ਉਹਦਾ ਦਿਲ ਐ ਕਰੀ ਜਾਂਦਾ ਪਿੱਛੋਂ ਆਉਣਾ ਮੁੜ ਜਾਵੇ, ਚਾਹੇ ਮੁੜ ਕੋਈ ਵੀ ਨਾ। ਇੱਕ ਵਾਰ ਬੰਦਾ ਕਿਸੇ ਹੋਰ ਦੁਕਾਨ ਤੇ ਚਲੇ ਗਿਆ, ਉਹ ਕੱਟ ਲੈਂਦਾ, ਉਹ ਕੱਟ ਲੈਂਦਾ, ਜਾਂ ਉਹਦਾ ਰੁਝਾਨ ਉੱਧਰ ਨੂੰ ਹੋ ਜਾਂਦਾ। ਉਹੀ ਹੈ ਪੱਟਣਾ ਜਾਂ ਰੁਝਾਨ ਉੱਧਰ ਨੂੰ ਹੋ ਗਿਆ, ਕਿਉਂਕਿ ਹਰ ਇੱਕ ਬੰਦਾ ਤੂੰ ਇਹਨੂੰ ਆਪਣਾ ਲਵਾਉਂਦਾ ਜ਼ਰੂਰ ਹੈ ਵੀ ਬਾਈ ਮੇਰੇ ਕੋਲ ਆ ਤੈਨੂੰ ਆ ਦਊਗਾ। ਉਹ ਵੀ ਦੁਕਾਨਦਾਰ ਹੈ, ਅਸੀਂ ਵੀ ਲਵਾਂਗੇ ਕਿਸੇ ਨੂੰ। ਅਗਲਾ ਕਹਿੰਦਾ ਯਾਰ ਵੀ ਮੈਨੂੰ ਉੱਥੇ ਫਲਾਣੀ ਚੀਜ਼ ਵਧੀਆ ਮਿਲ ਰਹੀ ਹੈ ਜੀ, ਦਰੁਸਤ ਆ ਤੁਹਾਡੀ ਗੱਲ। ਤੇ ਹੁਣ ਅੱਗੇ ਚੀਜ਼ ਦਾ ਹੱਲ, ਹੱਲ ਤਾਂ ਜੀ ਮੌਜੂਦਾ ਸਰਕਾਰਾਂ ਹੀ ਕਰਨਗੀਆਂ। ਹੁਣ ਆਪਾਂ ਕੀ ਕਰ ਸਕਦੇ, ਮੈਂ ਤਾਂ ਜ਼ਿਮੀਂਦਾਰ ਭਾਈਆਂ ਨੂੰ ਬੇਨਤੀ ਕਰ ਸਕਦਾ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਨੇ, ਮੇਰੇ ਦੋਸਤ ਭਰਾ ਮੇਰੇ ਭੈਣ ਭਾਈ ਸਾਰੇ, ਵੀ ਭਾਈ ਛੋਟੀਆਂ ਦੁਕਾਨਾਂ 'ਤੇ ਜਿਵੇਂ ਤੁਸੀਂ ਪਹਿਲਾਂ ਆਉਂਦੇ ਹੁੰਦੇ ਸੀ ਜੁੱਟ ਬਣਾ ਬਣਾ ਕੇ, ਸਕੂਲਾਂ ਦੇ ਮੁੰਡੇ ਦਸ ਦਸ ਆਉਂਦੇ ਹੁੰਦੇ ਸੀ, ਬੋਲਟਾਂ ਦੀ ਲਾਈਨਾਂ ਲੱਗ ਜਾਂਦੀਆਂ ਸੀ ਦੁਕਾਨ 'ਤੇ ਐਂ ਖੜ੍ਹੇ। ਹੁਣ ਮੁੱਲਾਂ 'ਚ ਲਾਈਨਾਂ ਲੱਗਦੀਆਂ, ਸਾਡੀਆਂ ਦੁਕਾਨਾਂ ਦੇ ਮੂਹਰੇ ਖਾਲੀ ਹੈ ਜੀ। ਅਸੀਂ ਅਸੀਂ ਆਪਣੇ ਦਿਲ ਦਾ ਦਰਦ ਕਿਹਨੂੰ ਦੱਸੀਏ। ਤੁਸੀਂ ਇੱਕ ਦੇਖੋ, ਅਸੀਂ ਸਵੇਰੇ ਦੁਕਾਨ 'ਤੇ ਆਉਂਦੇ ਹਾਂ, ਦੁਕਾਨਦਾਰ ਖੁਸ਼ ਕਿਵੇਂ ਹੋਊਗਾ, ਉਹਦੀ ਸੇਲ ਹੋ ਗਈ ਬਸ, ਉਹਨੂੰ ਕੁਛ ਨਹੀਂ ਚਾਹੀਦਾ ਜੀ ਹੋਰ, ਉਹਨੂੰ ਰੋਟੀ ਨਾ ਮਿਲੇ, ਉਹਦੀ ਸੇਲ ਹੋ ਜਾਵੇ, ਉਹਦੀ ਭੁੱਖ ਆਪੇ ਹੋ ਜਾਂਦੀ ਹੈ। ਠੀਕ ਹੈ ਜੀ। ਮੈਂ ਤਾਂ ਆਪਣੇ ਮਿੱਤਰਾਂ ਦੋਸਤਾਂ ਨੂੰ ਜਿਹੜੇ ਪਿੰਡਾਂ 'ਚ ਬੈਠੇ ਹੈ, ਸਤਿਕਾਰਯੋਗ ਬਜ਼ੁਰਗ, ਅਤੇ ਭਾਈ ਉੱਦਾਂ ਹੀ ਆਪਣੀਆਂ ਦੁਕਾਨਾਂ 'ਤੇ ਆਓ, ਛੋਟੀਆਂ ਦੁਕਾਨਾਂ 'ਤੇ ਵਪਾਰ 'ਤੇ ਆਓ, ਛੋਟੇ ਜਿਹੜੇ ਕਾਰੋਬਾਰੀ ਆ ਸਾਡੇ ਵਰਗੇ ਜਾਂ ਹੋਰ ਜਿਹੜੇ ਹੈਗੇ ਨੇ, ਉਹਨਾਂ 'ਤੇ ਰੌਣਕਾਂ ਲਾਓ ਦੁਬਾਰਾ, ਅਤੇ ਸਾਡਾ ਦਿਲ ਵੀ ਖੁਸ਼ੀ ਹੋਊ, ਅਸੀਂ ਵੀ ਤੁਹਾਨੂੰ ਮਿਲਣ ਨੂੰ ਤਰਸ ਰਹੇ ਹਾਂ, ਇੰਨੀ ਦੇਰ ਤੋਂ ਦੇਖੇ ਨਹੀਂ ਹੈਗੇ, ਅਤੇ ਆਓ ਬਸ ਆਹੀ ਕਹੂੰਗਾ। ਬਾਕੀ ਆਪਣੀ ਪਾਣੀ ਨੂੰ ਬਚਾ ਲਓ ਮੇਰੇ ਮਿੱਤਰੋ, ਕੁਦਰਤ ਨੂੰ ਬਚਾ ਲਓ। ਇਹ ਸੀਗਾ ਵਪਾਰੀ ਵਰਗ ਵੱਲੋਂ ਇੱਕ ਆਮ ਦੁਕਾਨਦਾਰ ਜਿਹੜਾ ਹੈ ਉਹ ਕੁਚਲਿਆ ਜਾ ਰਿਹਾ, ਉਹਦੀਆਂ ਸਮੱਸਿਆਵਾਂ ਸੀਗੀਆਂ। ਇਸੇ ਤਰ੍ਹਾਂ ਤੁਹਾਡੇ ਨਾਲ ਹੋਰ ਵੀ ਜਾਣਕਾਰੀ ਲੈ ਕੇ ਅਸੀਂ ਹਾਜ਼ਰ ਹੁੰਦੇ ਰਹਾਂਗੇ। ਸਾਨੂੰ ਦਿਓ ਇਜਾਜ਼ਤ, ਧੰਨਵਾਦ।